ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਖ
ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਸਾਲਾਨਾ ਗੁਰਮਤਿ ਸਮਾਗਮ ਕਰਵਾ ਰਹੇ ਸਨਮਾਨਯੋਗ ਗਰੀਬ ਨਿਵਾਸ ਗੁਰੂ ਖਾਲਸਾ ਸਾਹਿਬ ਸੰਗਤ ਧੰਤਾ ਦੇ ਲੋਕ ਵਡਭਾਗੇ ਹੋ ਆਪ ਸਾਰੇ ਹੀ ਮਾਏ ਭਾਈ ਜੋ ਆਪਣੇ ਰੁਝੇਵੇ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਆਣ ਹਾਜ਼ਰ ਹੋਏ ਹੋ। ਹਜ਼ੂਰ ਦੀ ਬਾਣੀ ਦਾ ਕਥਨ ਹੈ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਟੋਟਾ ਖਾਵੈ ਬਿਨ ਭਾਗਾ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗਾਂ ਦੇ ਨਾਲ ਮਨੁੱਖ ਨੂੰ ਇਹ ਘਟੀਆਂ ਪ੍ਰਾਪਤ ਹੁੰਦੀਆਂ ਨੇ ਜਦੋਂ ਬੰਦਾ ਦੀਨ ਦੁਨੀਆਂ ਦੇ ਮਾਲਕ ਦੇ ਚਰਨਾਂ ਵਿੱਚ ਆ ਕੇ ਜੁੜ ਬੈਠਦਾ ਹੈ। ਹੋਰ ਮਾੜੀਆਂ ਸੰਗਤਾਂ ਮਾੜੀਆਂ ਗੱਲਾਂ ਮਾੜੇ ਕੰਮਾਂ ਵੱਲ ਧਿਆਨ ਬੰਦੇ ਦਾ ਜ਼ਿਆਦਾ ਜਾਂਦਾ ਹੈ, ਪਰ ਯਾਦ ਰੱਖੋ ਮਸਤਕ ਦੇ ਲੇਖ ਚੰਗੇ ਹੋਣ ਤਾਂ ਬੰਦਾ ਸੰਗਤ ਵਿੱਚ ਆ ਕੇ ਜੁੜ ਬੈਠਦਾ ਹੈ, ਤਾਂ ਉਹਨੂੰ ਪਾਤਸ਼ਾਹ ਦੀ ਗੋਦ ਦਾ ਆਨੰਦ ਪ੍ਰਾਪਤ ਹੁੰਦਾ ਹੈ। ਆਪ ਸਾਰੇ ਹੀ ਮਾਈ ਭਾਈ ਧੰਤਾ ਦੇ ਯੋਗ ਵਡਭਾਗੇ ਹੋ ਜਾਂ ਜੋ ਮਹਾਂਪੁਰਖਾਂ ਦੀ ਯਾਦ ਨੂੰ ਮਨਾਉਂਦਿਆਂ ਹੋਇਆਂ ਇਹ ਰਾਤਰੀ ਦੇ ਮਹਾਨ ਸਮਾਗਮ ਕਰਵਾ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਕਥਾ ਵਿਚਾਰਾਂ ਗੁਰਬਾਣੀ ਇਤਿਹਾਸ ਸਰਵਣ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾ ਰਹੇ ਹੋ। ਆਓ ਸਭ ਤੋਂ ਪਹਿਲਾਂ ਸਾਡੀ ਤੇ ਆਪਣੀ ਹਾਜ਼ਰੀ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਲਵਾਈਏ। ਸਾਰੀ ਸੰਗਤ ਹੱਥ ਜੋੜ ਕੇ ਚੌਂਕੜੇ ਮਾਰ ਕੇ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਟੇਜ ਸਕੱਤਰ ਪਾਸੋਂ ਸ਼੍ਰਵਣ ਕਰ ਲਿਆ ਹੈ। ਵੈਸੇ ਮੇਰਾ ਤਾਂ ਮਨ ਕੁਝ ਹੋਰ ਸੀ, ਲੇਕਿਨ ਇੱਥੇ ਆ ਕੇ ਹੁਕਮ ਲੱਗਾ ਗੁਰੂ ਸੰਗਤ ਦਾ ਆਪ ਜੀ ਨੇ ਸੰਸਾਰ ਦੇ ਮਹਾਨ ਯੋਧੇ ਦੀ ਵਾਰ ਸੰਗਤਾਂ ਦੇ ਰੂਪ ਨੂੰ ਕਹਿ ਕੇ ਜਾਣਾ ਹੈ। ਆਓ ਇੱਕ ਗੱਲ ਯਾਦ ਰੱਖੋ, ਸੰਸਾਰ ਦੇ ਮਹਾਨ ਗੁਰਮਹਿਲ ਉੱਚੇ ਖਾਨਦਾਨ ਜਾਂ ਅਮੀਰ ਘਰਾਣਿਆਂ ਵਿੱਚ ਪੈਦਾ ਨਹੀਂ ਹੁੰਦੇ। ਸ਼ਿਵਾਜੀ ਮਰਹੱਟਾ, ਨੈਪੋਲੀਅਨ ਬੋਨਾਪਾਰਟ, ਬਾਬਾ ਬੰਦਾ ਸਿੰਘ ਬਹਾਦਰ ਕਹਿ ਲਓ, ਸਰਦਾਰ ਹਰੀ ਸਿੰਘ ਨਰੂਆ, ਇਹ ਗੁਮਨਾਮ ਘਰਾਣਿਆਂ ਵਿੱਚ ਪੈਦਾ ਹੋਣ ਵਾਲੇ ਜਵਾਨ ਨੇ। ਇਹ ਗਰੀਬਾਂ ਦੀਆਂ ਕੱਖਾਂ ਦੀਆਂ ਕੁਲੀਆਂ ਵਿੱਚ ਪੈਦਾ ਹੋ ਕੇ ਸੰਸਾਰ ਅੰਦਰ ਇਹਨਾਂ ਜਰਨੇਲਾਂ ਨੇ ਕਿਹੋ ਜਿਹੇ ਮਾਰ ਕੇ ਮਾਰੇ ਨੇ, ਇਹ ਵੀ ਦੁਨੀਆਂ ਤੱਕ ਕਾਇਮ ਰਹਿਣ ਜੋਗਾ ਨਾਂ ਛੱਡ ਕੇ ਸੰਸਾਰ ਤੋਂ ਗਏ ਨੇ। ਆਓ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਦੇ ਰਾਜ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ। ਜਿਹੜਾ ਬਹਾਦਰਾਂ ਦੀ ਕਦਰ ਕਰਦਾ ਹੈ, ਜਿਹਦੇ ਰਾਜ ਅੰਦਰ ਹਰੇਕ ਹੁਨਰਮੰਦ ਬੰਦੇ ਦੇ ਹੁਨਰ ਦੀ ਕਦਰ ਕੀਤੀ ਜਾਂਦੀ ਹੈ, ਕਹਿੰਦੇ ਨੇ ਕਿ ਉਹਦੇ ਰਾਜ ਅੰਦਰ ਬਸੰਤ ਪੰਚਮੀ ਦੇ ਜੋੜ ਮੇਲੇ ਉੱਤੇ ਇੱਕ ਬਸੰਤੀ ਦਰਬਾਰ ਲੱਗਦਾ ਹੈ। ਕਿਉਂਕਿ ਸਮਾਂ ਮੇਰੇ ਕੋਲੇ ਸੀਮਤ ਗਿਆ ਹੈ, ਆਪਣੇ ਨਿਯਤ ਸਮੇਂ ਅੰਦਰ ਮੈਂ ਇਤਿਹਾਸਕ ਵਾਰ ਨੂੰ ਸੰਪੂਰਨ ਕਰਕੇ ਤੁਹਾਡੇ ਕੋਲ ਆਗਿਆ ਲੈਣ ਦਾ ਯਤਨ ਕਰਨਾ ਹੈ। ਉਹਦੇ ਰਾਜ ਅੰਦਰ ਹਰੇਕ ਹੁਨਰਮੰਦ ਬੰਦੇ ਦੇ ਹੁਨਰ ਦੀ ਕਦਰ ਕੀਤੀ ਜਾਂਦੀ ਹੈ, ਵਿਦਵਾਨਾਂ ਦੀ ਕਦਰ ਕਰਦਾ ਹੈ, ਯੋਧਿਆਂ ਦੀ ਕਦਰ ਕਰਦਾ ਹੈ। ਯਾਦ ਰੱਖੋ ਬਸੰਤ ਪੰਚਮੀ ਦਾ ਜੋੜ ਮੇਲਾ ਆਉਂਦਾ ਹੈ, ਇਸ ਬਸੰਤ ਪੰਚਮੀ ਦੇ ਜੋੜ ਮੇਲੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਅੰਦਰ ਇੱਕ ਬਸੰਤੀ ਦਰਬਾਰ ਕਰਦਾ ਹੈ। ਉਸ ਬਸੰਤੀ ਦਰਬਾਰ ਅੰਦਰ ਸੰਸਾਰ ਦੇ ਕੋਨੇ ਕੋਨੇ ਵਿੱਚੋਂ ਨੌਜਵਾਨ ਗੱਭਰੂ ਆਉਂਦੇ, ਆਪਣੀ ਕਾਬਲੀਅਤ ਆਪਣਾ ਹੁਨਰ ਮਹਾਰਾਜੇ ਦੇ ਸਾਹਮਣੇ ਪੇਸ਼ ਕਰਦੇ ਨੇ। ਯਾਦ ਰੱਖੋ ਉਹਨਾਂ ਦੀ ਯੋਗਤਾ ਮੁਤਾਬਕ ਸ਼ੇਰੇ ਪੰਜਾਬ ਉਹਨਾਂ ਨੂੰ ਆਪਣੇ ਰਾਜ ਅੰਦਰ ਨੌਕਰੀ ਦੀਆਂ ਦਾਤਾਂ ਦਿੰਦਾ ਹੈ। ਇੱਕ ਨੌਜਵਾਨ ਗੱਭਰੂ ਆਇਆ, 14-15 ਸਾਲ ਦੀ ਉਮਰ, ਉੱਚਾ ਲੰਮਾ, ਗੱਜ ਚੌੜੀ ਛਾਤੀ, ਮੋਟੇ ਮੋਟੇ ਡੋਲੇ, ਗੋਲ ਗੋਲ ਡੋਲੇ, ਚੌੜਾ ਮੱਥਾ, ਕਹਿੰਦੇ ਨੇ ਕਿ ਨੇਤਰ ਲਾਲ, ਇਉਂ ਲੱਗਦਾ ਹੈ ਜਿਵੇਂ ਫੌਲਾਦ ਸੱਤੇ ਵਿੱਚੋਂ ਢਾਲ ਕੇ ਕੱਢਿਆ ਹੋਵੇ। ਉਸ ਨੌਜਵਾਨ
ਨੌਜਵਾਨ ਨੇ ਸ਼ੇਰੇ ਪੰਜਾਬ ਦੀ ਅੱਖਾਂ ਦੇ ਸਾਹਮਣੇ ਆਪਣੇ ਕਰਤਬ ਕਰਕੇ ਵਿਖਾਏ ਨੇ। ਸ਼ੇਰੇ ਪੰਜਾਬ ਦਾ ਦਿਲ ਜਿੱਤਿਆ ਉਹਨੇ ਘੋੜ ਸਵਾਰੀ, ਬੰਦੂਕਬਾਜ਼ੀ, ਤੀਰਬਾਜ਼ੀ, ਹੋਰ ਵੱਡੇ ਭਲਵਾਨਾਂ ਨੂੰ ਮਹਾਰਾਜੇ ਦੇ ਸਾਹਮਣੇ ਜਿੱਤ ਕਰਕੇ ਉਹਨੇ ਧਰਤੀ ਦੀ ਖਾਸ ਜਿਤਾ ਦਿੱਤੀ ਹੈ। ਮਹਾਰਾਜਾ ਪ੍ਰਸੰਨ ਹੋਇਆ, ਨੌਜਵਾਨ ਨੂੰ ਆਵਾਜ਼ ਮਾਰ ਕੇ ਉਹਨੂੰ ਕਲੇਜੇ ਦੇ ਨਾਲ ਲਾਇਆ, ਗੱਲ ਦਾ ਕੈਸਾ ਲਾ ਕੇ ਉਹਦੇ ਗੱਲ ਪਾ ਕੇ ਇੱਕ ਸਵਾਲ ਕੀਤਾ, ਅੱਛਾ ਜਵਾਨਾ ਤੇਰਾ ਨਾਂ ਕੀ ਹੈ, ਤੇਰਾ ਪਿੰਡ ਕੀ ਹੈ, ਤੇਰੇ ਬਾਪੂ ਦਾ ਨਾਂ ਕੀ ਹੈ। ਨੌਜਵਾਨ ਦੇ ਡੌਲਿਆਂ ਤੋਂ ਸ਼ੇਰੇ ਪੰਜਾਬ ਨੇ ਫੜਿਆ ਹੋਇਆ, ਆਪਣੇ ਆਪ ਵਿੱਚ ਫਖਰ ਮਹਿਸੂਸ ਕਰਦਿਆਂ ਹੋਇਆ ਉਸ ਨੌਜਵਾਨ ਨੇ ਬੜੀ ਹਲੀਮੀ, ਬੜੀ ਸਾਦਗੀ, ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਆਖਿਆ, ਮਹਾਰਾਜਾ ਸਾਹਿਬ ਮੇਰਾ ਪਿੰਡ ਹੈ ਗੁਜਰਾਂ ਵਾਲਾ, ਸਰਦਾਰ ਗੁਰਦਿਆਲ ਸਿੰਘ ਕੁੰਮੇ ਦਾਨ ਦਾ ਪੁੱਤਰ ਹਾਂ, ਮਾਂ ਧਰਮ ਕੌਰ ਦਾ ਅਖੀਰ ਦਾ ਤਾਰਾ ਹਾਂ ਤੇ ਸਰਦਾਰ ਹਰਦਾਸ ਸਿੰਘ ਦਾ ਪੁੱਤਰਾ ਹਾਂ। ਮਾਪਿਆਂ ਨੇ ਇਸ ਨਜ਼ੀਰ ਦਾ ਨਾਂ ਰੱਖਿਆ ਹੈ ਸਰਦਾਰ ਹਰੀ ਸਿੰਘ, ਸਰਦਾਰ ਹਰੀ ਸਿੰਘ। ਕਹਿੰਦੇ ਨੇ ਕਿ ਇੱਕ ਕੀਮਤੀ ਲਾਲ ਚੌਰੀ ਦੀ ਨਿਗਾਹ ਪੈ ਗਿਆ, ਉਹਦੀ ਸਹੀ ਕੀਮਤ ਪਾ ਦਿੱਤੀ ਹੈ, ਆਪਣਾ ਬਾਡੀ ਗਾਰਡ ਬਣਾ ਲਿਆ। ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਨਿਕਲੇ ਨੇ ਜੰਗਲ ਵਿੱਚੋਂ, ਅਚਾਨਕ ਹਰੀ ਸਿੰਘ ਉੱਤੇ ਇੱਕ ਸ਼ੇਰ ਨੇ ਹਮਲਾਵਾ ਬਣ ਕੇ ਗੁਜ਼ਰਾ ਕੀਤਾ। ਕਹਿੰਦੇ ਨੇ ਕਿ ਬਾਹਾਂ ਦੇ ਜ਼ੋਰ ਨਾਲ, ਹੱਥਾਂ ਦੇ ਜ਼ੋਰ ਨਾਲ ਜਬਾਰੇ ਤੋਂ ਫੜ ਕੇ ਸ਼ੇਰ ਨੂੰ ਜ਼ਮੀਨ ਉੱਤੇ ਪਟਕਾ ਕੇ ਮਾਰਿਆ। ਅੱਖ ਧਮਕਣ ਦੇ ਸਮੇਂ ਤੋਂ ਪਹਿਲਾਂ ਤਲਵਾਰ ਦੇ ਕੇ ਬੇਮਿਆਨ ਯਾਦ ਰੱਖੋ ਸ਼ੇਰ ਨੇ ਤੋਂ ਫਾੜ ਕਰ ਦਿੱਤੇ ਨੇ। ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਭੱਜੇ ਆਏ, ਆਖਿਆ ਹਰੀ ਸਿੰਘਾ ਘਬਰਾਈ ਨਾ, ਮੈਂ ਤੇਰੇ ਇਮਦਾਦ ਉੱਤੇ ਆ ਗਿਆ ਹਾਂ। ਹਰੀ ਸਿੰਘ ਨੇ ਹੱਸ ਕੇ ਆਖਿਆ, ਸਰਕਾਰ ਦਾ ਇਕਬਾਲ ਇਤਨਾ ਬੁਲੰਦ ਹੈ, ਸਰਕਾਰ ਦੇ ਆਉਣ ਤੋਂ ਪਹਿਲਾਂ ਸ਼ੇਰ ਦਮ ਤੋੜ ਚੁੱਕਾ ਹੈ। ਮਹਾਰਾਜਾ ਸਾਹਿਬ ਨੇ ਆਪਣੇ ਹਜ਼ੂਰੀ ਚਿੱਤਰਕਾਰ ਕੋਲੋਂ ਸ਼ੇਰ ਦਾ ਸ਼ਿਕਾਰ ਕਰਦਿਆਂ ਹੋਇਆ ਹਰੀ ਸਿੰਘ ਦੇ ਚਿੱਤਰ ਤਿਆਰ ਕਰਵਾਏ ਨੇ। ਯਾਦ ਰੱਖੋ ਉਹਦੇ ਨਾਂ ਨਾਲ ਉਦੋਂ ਇੱਕ ਤਖਲਸ ਲੱਗਾ, ਜਿਹੜਾ ਅੱਜ ਵੀ ਤਖਲਸ ਪਠਾਨੀ ਮਾਵਾਂ ਆਪਣੇ ਰੋਂਦੇ ਬੱਚੇ ਨੂੰ ਚੁੱਪ ਕਰਾਉਂਦੇ ਹੋਇਆਂ ਵਰਤਦੀਆਂ ਨੇ। ਕੀ ਤਖਲਸ ਲੱਗਾ, ਸੰਸਾਰ ਦਾ ਮਹਾਨ ਜੋ ਮਹਿਲ ਬਣਿਆ ਉਹ ਹਰੀ ਸਿੰਘ, ਅੱਜ ਉਹਦੇ ਨਾਂ ਨਾਲ ਸ਼ੇਰੇ ਪੰਜਾਬ ਨੇ ਨਰਮੇ ਦਾ ਖਿਤਾਬ ਲਾ ਕੇ, ਲਾ ਕਦਮ ਲਾ ਕੇ, ਤਖਲਸ ਲਾ ਕੇ ਉਹਨੂੰ ਹਰੀ ਸਿੰਘ ਅਲੂਆ ਬਣਾ ਦਿੱਤਾ ਹੈ। ਹਰੀ ਸਿੰਘ ਅਲੂਆ ਆਖਿਰਕਾਰ ਪੰਜਾਬ ਦੀਆਂ ਹੱਦਾਂ ਨੂੰ ਚੌੜਿਆ ਕਰਦਾ ਹੈ। ਉਹਨੇ ਕਸੂਰ ਜਿੱਤਿਆ, ਮੁਲਤਾਨ ਜਿੱਤਿਆ, ਉਹਨੇ ਕਸ਼ਮੀਰ ਜਿੱਤਿਆ, ਉਹਨੇ ਪਿਸ਼ਾਵਰ ਜਿੱਤਿਆ। ਅੱਜ ਹਰੀ ਸਿੰਘ ਅਲੂਆ ਪਿਸ਼ਾਵਰ ਦਾ ਗਵਰਨਰ ਬਣਿਆ। ਆਹ ਤਰ੍ਹਾਂ ਖਬਰ ਇਤਿਹਾਸ ਕਹਿੰਦਾ ਹੈ ਕਿ ਸਾਡੇ ਕੋਲ 12 ਫੁੱਟ ਦਾ ਲਾਂਘਾ, ਉਸ ਸਾਡੇ ਕੋਲ 12 ਫੁੱਟ ਦੇ ਉਸ ਖੈਬਰ ਦੇ ਡਰੇ ਖਾਣੀ ਜਾਲਮ ਦਰਵਾਣੇ ਹਿੰਦੁਸਤਾਨ ਅੰਦਰ ਆਉਂਦੇ, ਇੱਥੋਂ ਦੇ ਮੰਦਰਾਂ ਨੂੰ ਤੋੜਨਾ, ਇੱਥੋਂ ਦੀਆਂ ਖੂਬਸੂਰਤ ਮੁਟਿਆਰਾਂ ਨੂੰ ਬਣਾ ਕੇ ਗੁਲਾਮ ਸੋਨਾ ਚਾਂਦੀ ਲੁੱਟ ਕੇ ਆਪਣੇ ਵਤਨਾਂ ਨੂੰ ਉਹਨਾਂ ਜਾਲਮਾਂ ਨੇ ਵਾਪਸ ਚਲੇ ਜਾਣਾ। ਲੇਕਿਨ ਉਸੇ ਮਾਂ ਦੇ ਪੁੱਤ ਨੇ ਉਸ ਖੈਬਰ ਦੇ ਦਰੇ ਨੂੰ ਬੰਦ ਨਾ ਕੀਤਾ। ਅੱਜ ਪੰਜਾਬ ਦੀ ਧਰਤੀ ਉੱਤੇ ਇੱਕ ਛੀਣੀ ਮਾਂ ਨੇ ਹਰੀ ਸਿੰਘ ਨੂੰ ਜਨਮ ਦੇ ਦਿੱਤਾ ਹੈ। ਉਹ ਖੈਬਰ ਦੇ ਦਰੇ ਦੇ ਸਾਹਮਣੇ ਆਇਆ, ਉਹਨੇ ਗਲਿਆਂ ਦਾ ਜਾਲ ਛਾ ਦਿੱਤਾ, ਪਾਲਾ ਹਿਸਾਰ, ਗੜ ਸ਼ੰਕਰ, ਚਮਰਾਉਜ, ਇਤਨੀ ਇਤਿਹਾਸਿਕ ਕਿਲੇ ਉਸਾਰ ਦਿੱਤੇ ਗਏ। ਕਹਿੰਦੇ ਨੇ ਕਿ ਬਾਰਡਰ ਤੋਂ ਪਾਰ ਕਾਬਲ ਦੀ ਧਰਤੀ ਉੱਤੇ ਹਲਚਲ ਮੱਚੀ ਹੈ। ਅਮੀਰ ਕਾਬਲ ਦੋਸਤ ਮੁਹੰਮਦ ਖਾਂ ਉਹਦੇ ਸੀਨੇ ਲੱਗੀ ਅੱਗ, ਉਹ ਕਰਕਿਆ ਉਹਨੇ ਆਪਣੇ ਰਾਜ ਅੰਦਰ ਇੱਕ ਲਾਇਆ ਦਰਬਾਰ, ਲਾ ਕੇ ਦਰਬਾਰ ਆਪਣੇ 5 ਪੁੱਤਰਾਂ ਦੇ ਗੁੱਟਾਂ ਉੱਤੇ ਬੰਨ ਕੇ ਸ਼ਹੀਦੀ ਗਾਨੇ ਮੱਥੇ ਉੱਤੇ ਪਾ ਕੇ ਚੂੜੀ, ਪਠਾਰੀ ਮਾਵਾਂ ਦੇ ਜੰਮੇ ਹੋਏ ਪਠਾਨ ਸ਼ੇਰ ਬੱਚਿਆਂ ਨੂੰ ਵਿਚਾਰਿਆ, ਆਖਿਆ ਜਾਜੀਓ ਸਾਡੀ ਧਰਤੀ ਤੋਂ ਕੁਝ
ਚਾਰ ਜਾਣ, ਉੱਥੋਂ ਦੇ ਮੰਦਰਾਂ ਨੂੰ ਤੋੜ ਕੇ, ਉੱਥੋਂ ਦੀਆਂ ਮੁਟਿਆਰਾਂ ਨੂੰ ਬੰਨ ਕੇ, ਉੱਥੋਂ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਕੇ, ਸੋਨਾ ਚਾਂਦੀ ਲੁੱਟ ਕੇ ਆਪਣੇ ਵਤਨਾਂ ਨੂੰ ਵਾਪਸ ਆ ਜਾਣ। ਅੱਜ ਉੱਥੇ ਜਿਹੜੀ ਬਦਕਾਮ ਪੈਦਾ ਹੋ ਗਈ ਹੈ, ਜਿਹੜੀ ਸਾਡੇ ਜਵਾਦੀ ਅੱਗੇ ਆ ਕੇ ਸਾਨੂੰ ਵੰਗਾਰਦੀ ਹੈ, ਉਹਨੇ ਆਪਣੇ ਪੰਜ ਪੁੱਤਰ ਜੰਗ ਦੇ ਮੈਦਾਨ ਵਿੱਚ ਕੁੱਟਣ ਵਾਸਤੇ ਤਿਆਰ ਕੀਤੇ ਨੇ। ਉਹਨਾਂ ਦੇ ਗੁੱਟਾਂ ਉੱਤੇ ਉਹਦੇ ਬੰਦੇ ਦੇ ਸ਼ਹੀਦੀ ਕਰਕੇ ਮਾਇਕਲ ਸਲਤਨਤ ਮਿਰਜ਼ਾ ਸੰਮੀ ਖਾਨ ਦੀ ਜਮਾਨ ਉੱਠਾ 15 April 1837 ਨੂੰ ਚਮਰਾਉ ਦਾ ਕਿਲ੍ਹਾ ਜਿਹੜਾ ਹਰੀ ਸਿੰਘ ਅਲਵੇ ਨੇ ਆਪ ਤਿਆਰ ਕਰਵਾਇਆ ਹੈ, ਉਸ ਕਿਲ੍ਹੇ ਨੂੰ ਸਰ ਕਰਨ ਵਾਸਤੇ, ਪੰਜਾਬ ਦੀ ਧਰਤੀ ਉੱਤੇ ਇਸਲਾਮੀ ਝੰਡੇ ਚਲਾਉਣ ਵਾਸਤੇ ਇੱਕ ਪਠਾਣਾ ਦਾ ਬੜਾ ਵੱਡਾ ਹਜ਼ੂਰ ਪੰਜਾਬ ਨੂੰ ਰਵਾਨਾ ਹੋਏ।
ਜੀ ਨੂੰ ਅਮੀਰ ਕਾਬਲ ਦੋਸਤ ਮੁਹੰਮਦ ਖਾਂ ਵੱਲੋਂ 35,000 ਰੁਪਈਆ ਨਾਇਬੁਲ ਸਦਰਤ ਮਿਰਜ਼ਾ ਸਮੀ ਖਾਂ ਦੀ ਕਮਾਨ ਹੇਠਾਂ ਭੇਜਿਆ ਗਿਆ। ਕਹਿੰਦੇ ਨੇ ਕਿ 21 ਅਪ੍ਰੈਲ ਨੂੰ ਲੋਧੀ ਖਾਣੇ ਪਹੁੰਚੇ ਨੇ, ਇੱਥੇ ਆ ਕੇ ਜਹਾਦ ਦਾ ਨਾਰਾ ਮਾਰਿਆ ਗਿਆ। ਜੰਨਤ ਵਿੱਚ ਜਾਣ ਦੇ ਚਾਹਵਾਨ ਅੰਗੂਰਾਂ ਦੀ ਸ਼ਰਾਬ ਤੇ ਹੋਰਾਂ ਦੇ ਪਾਸ਼ ਕਾਜੀ ਮੈਦਾਨ ਜੰਗ ਵਿੱਚ ਜਾਣ ਵਾਸਤੇ ਨਿਕਲੇ ਨੇ। ਗਿਣਤੀ 50,000 ਹੋ ਗਈ ਹੈ। ਆਖਿਰਕਾਰ 27 ਅਪ੍ਰੈਲ ਨੂੰ ਜਮਰਾਓ ਦੇ ਕਿਲੇ ਨੂੰ ਘੇਰਾ ਪਾ ਲਿਆ ਗਿਆ। ਜਮਰਾਓ ਦਾ ਕਿਲਾ ਯਾਦ ਰੱਖੋ ਕਿੰਨੇ ਤਿਆਰ ਕਰਵਾਇਆ, ਉਹਦਾ ਨਾਂ ਜਮਰਾਓ ਕਿਵੇਂ ਪੈ ਗਿਆ, ਜਦੋਂ ਕਿਲਾ ਬਣਿਆ ਉਦੋਂ ਉਹਦਾ ਨਾਂ ਕੀ ਸੀ। ਇਹ ਕਿਲਾ ਜਮਰਾਓ ਦਾ ਸਰਦਾਰ ਹਰੀ ਸਿੰਘ ਨਲੂਏ ਨੇ ਆਪ ਨੇ ਰੱਖ ਕੇ ਆਪਣੀ ਨਿਗਰਾਨੀ ਵਿੱਚ ਆਪ ਤਿਆਰ ਕਰਵਾਉਣਾ ਕੀਤਾ। ਇਹ ਜਿਹੜਾ ਕੰਧਾਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ, ਕਿਲਾ ਤਿਆਰ ਹੋ ਗਿਆ। ਬਲਕਿ ਇਸ ਕਿਲੇ ਦਾ ਨਾਮ ਤਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਂ ਉੱਤੇ ਕਿਲਾ ਫਤਿਹਗੜ੍ਹ ਰੱਖਿਆ ਗਿਆ। ਇਹਦਾ ਨਾਂ ਜਮਰਾਓ ਕਿਵੇਂ ਪੈ ਗਿਆ ਯਾਦ ਰੱਖੋ। ਖੈਬਰ ਦੇ ਲਾਗੇ ਪ੍ਰੀਤੀਆਂ ਦਾ ਇੱਕ ਪਿੰਡ ਹੈ ਜਿਹਦਾ ਨਾਂ ਹੈ ਜੰਮ। ਜੰਮ ਪਿੰਡ ਦਾ ਨਾਂ ਹੈ। ਆਪਾਂ ਜਿਸ ਕਦਰ ਮਾਝੇ ਅੰਦਰ ਪਾਣੀ ਦੇ ਇਕੱਠੇ ਨੂੰ ਟੋਭਾ ਜਾਂ ਛੱਪੜ ਵਰਤਦੇ ਹਾਂ, ਯਾਦ ਰੱਖੋ ਪਸ਼ਤੋ ਬੋਲੀ ਅੰਦਰ ਇਸ ਟੋਭੇ ਜਾਂ ਛੱਪੜ ਨੂੰ ਰੌਦ ਆਖਿਆ ਜਾਂਦਾ ਹੈ। ਪਸ਼ਤੋ ਬੋਲੀ ਅੰਦਰ ਇਹਨੂੰ ਰੌਦ ਆਖਿਆ ਜਾਂਦਾ ਹੈ। ਜੰਮ ਪਿੰਡ ਦੇ ਕੋਲ ਪਾਣੀ ਦੇ ਇਕੱਠੇ ਰੌਦ ਦੇ ਕਿਨਾਰੇ ਬਣਿਆ ਹੋਇਆ ਇਹ ਫਤਿਹਗੜ੍ਹ ਦਾ ਕਿਲਾ ਯਾਦ ਰੱਖੋ ਸੰਸਾਰ ਭਰ ਵਿੱਚ ਜਮਰਾਓ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਅੱਜ ਫੌਜਾਂ ਨੇ ਘੇਰਾ ਪਾ ਲਿਆ ਇਸ ਕਿਲੇ ਦੀ ਰਖਵਾਲੀ ਵਾਸਤੇ। ਜਥੇਦਾਰ ਮਹਾਂ ਸਿੰਘ ਨੂਰਪੁਰੀਏ ਦੀ ਕਮਾਨ ਹੇਠਾਂ 1,000 ਸਿੱਖ ਸਰਦਾਰ ਤਾਇਨਾਤ ਕੀਤਾ ਹੋਇਆ ਹੈ। ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਯਾਦ ਰੱਖੋ ਪਿਸ਼ਾਵਰ ਦੇ ਕਿਲੇ ਅੰਦਰ ਹੈ। ਉਹਨੂੰ ਤਾਪ ਇੰਨਾ ਜ਼ਿਆਦਾ ਚੜਿਆ ਹੈ ਕਿ ਵੈਦ ਪੈਰ ਪੈਰ ਉੱਤੇ ਸਰਦਾਰ ਜੀ ਨੂੰ ਚੱਕ ਕਰਦੇ ਨੇ, ਮੰਜੇ ਉੱਤੇ ਲੇਟਿਆ ਹੋਇਆ ਹੈ, ਬਿਮਾਰੀ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਨਲੂਏ ਸਰਦਾਰ ਨੂੰ। ਸਾਰੀਆਂ ਫੌਜਾਂ ਖਾਸ ਕਰਕੇ ਜਮਰਾਓ ਦੀਆਂ ਇਹ ਅੰਮ੍ਰਿਤਸਰ ਆਈਆਂ ਹੋਈਆਂ ਨੇ, ਕਿਉਂਕਿ ਉਦੋਂ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਮਹਾਰਾਜਾ ਖੜ ਸਿੰਘ ਦੇ ਪੁੱਤਰ ਕਵਰ ਨੌ ਨੇ ਹਾਲ ਕੀਤਾ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਦੀ ਧੀ ਬੀਬੀ ਨਾਨਕੀ ਦੇ ਨਾਲ ਹੋਣਾ ਹੈ। ਸਾਰੀਆਂ ਫੌਜਾਂ ਇੱਥੇ ਆਈਆਂ ਹੋਈਆਂ ਨੇ। ਇੱਕ ਇਤਿਹਾਸਕ ਵਿਆਹ ਸਰਦਾਰ ਨੇ ਆਪਣੀ ਧੀ ਅੰਦਰ ਧੀ ਦਾ ਕੀਤਾ ਹੈ, ਉਹਦੀ ਮਿਸਾਲ ਦੁਨੀਆਂ ਅੰਦਰ ਦੂਜੀ ਕੋਈ ਨਹੀਂ ਮਿਲਦੀ। ਬਰਾਤ ਇੰਨੀ ਵੱਡੀ ਗਿਣਤੀ ਵਿੱਚ ਗਈ ਹੈ ਵਿਆਹਣ ਵਾਸਤੇ। ਕਹਿੰਦੇ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਰਦਾਸ ਬੇਨਤੀ ਕਰਕੇ ਬਰਾਤ ਰਵਾਨਾ ਹੋਈ ਹੈ। ਉਹਦਾ ਅਗਲਾ ਸਿਰਾ ਅਟਾਰੀ ਪਹੁੰਚ ਚੁੱਕਾ ਹੈ, ਲੇਕਿਨ ਉਹਦਾ ਪਿਛਲਾ ਹਿੱਸਾ ਅਜੇ ਅੰਮ੍ਰਿਤਸਰ ਸ਼ਹਿਰ ਅੰਦਰ ਹੈ। ਇੰਨੀ ਵੱਡੀ ਗਿਣਤੀ ਅੰਦਰ ਮਹਾਰਾਜੇ ਦੇ ਪੁੱਤਰ ਨੂੰ ਵਿਆਹਣ ਵਾਸਤੇ ਬਰਾਤ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਿਆਹ ਜਾ ਕੇ ਟੁੱਕੀ ਹੈ। ਅੱਜ ਜਮਰਾਓ ਦੇ ਕਿਲੇ ਅੰਦਰ ਕੇਵਲ ਗਿਣਤੀ ਦੇ ਸਿੰਘ ਨੇ, ਸਰਦਾਰ ਮਹਾਂ ਸਿੰਘ ਨੇ ਉਹਨਾਂ ਸਿੰਘਾਂ ਨੂੰ ਤਿਆਰ ਕਰਕੇ ਇਕੱਤਰ ਕੀਤਾ ਕਠਾ ਉੱਤੇ। ਉਹਨੇ ਮੱਛਰ ਤੇ ਤੂੜੀ ਪਾ ਕੇ ਮੋਤਰ ਲਾਲ ਕਰਕੇ ਚੰਕਾਰਾ ਛੱਡ ਕੇ ਤੇ ਧਾਰਾ ਸਿੰਘਾਂ ਹੱਥ ਅੰਦਰ ਲੈ ਕੇ ਇੱਕ ਤਕਰੀਰ ਕੀਤੀ ਹੈ। ਆਖਿਆ ਖਾਲਸਾ ਦੀ ਯਾਦ ਰੱਖੋ, ਇਹ ਕਿਲੇ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਉੱਤੇ ਹੈ। ਇਸ ਕਿਲੇ ਦੀ ਆਜ਼ਾਦੀ ਵਾਸਤੇ, ਇਹਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਚਾਹੇ ਸਾਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪੈ ਜਾਵੇ, ਆਪਾਂ ਦੇਣ ਵਾਸਤੇ ਤਿਆਰ ਹਾਂ। ਪਰ ਯਾਦ ਰੱਖੋ ਇਹ ਖਾਲਸੇ ਦੀ ਅਮਾਨਤ ਜਮਰਾਓ ਦਾ ਕਿਲਾ ਇਹ 11 ਦੇ ਕਬਜ਼ੇ ਵਿੱਚ ਲਿਜਾਣਾ ਚਾਹੀਦਾ। ਕਿਉਂ?
ਕਿ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਜਾਂ ਆਜ਼ਾਦੀ ਨੂੰ ਪ੍ਰਾਪਤ ਕਰਨ ਵਾਸਤੇ ਕੁਰਬਾਨੀ ਦੀ ਲੋੜ ਹੈ। ਕੁਰਬਾਨੀ ਤੋਂ ਬਿਨਾਂ ਆਜ਼ਾਦੀ ਦੀ ਆਸ ਨਹੀਂ ਰੱਖੀ ਜਾ ਸਕਦੀ। ਗੁਰਬਾਨ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਦਿਲ ਸੁਣਿਆ ਬਾਗ ਨਾ ਦਿਲ ਮਿਲਦੇ, ਬਿਨਾਂ ਦਿਲਾਂ ਦੇ ਮੇਰਾ ਪਿਆਰ ਮਿਲਦਾ, ਕਹਿੰਦੇ ਹੁਸਨ ਬਾਗ ਨੂੰ ਜਾਗਤਾ ਸੋਹਦੀਆਂ ਮੈਂ, ਤਾਂ ਬਿਨਾਂ ਨਹੀਂ ਦਿਲਦਾਰ ਮਿਲਦਾ, ਉੱਥੇ ਬਿਨਾਂ ਨਾ ਕੋਈ ਵੀ ਕੰਮ ਸਰਦਾ, ਕੰਮ ਸਰੇ ਬਿਨਾਂ ਨਹੀਂ ਸਤਿਕਾਰ ਮਿਲਦਾ, ਬਿਨਾਂ ਚੜੇ ਕੁਰਬਾਨੀ ਦੀ ਭੇਟ ਮਿਲਦਾ ਹੈ, ਨਹੀਂ ਆਜ਼ਾਦੀ ਦਾ ਖਿੜਿਆ ਦਿਲਦਾਰ ਮਿਲਦਾ। ਜੇ ਆਜ਼ਾਦੀ ਚਾਹੁੰਦੇ ਹੋ ਤਾਂ ਕੁਰਬਾਨੀ ਕਰਨੀ ਪਵੇਗੀ। ਆਖਿਰਕਾਰ ਸੋਝੇ ਅਰਦਾਸਾ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਮਾਰ ਕੇ ਨਗਾਰਿਆਂ ਉੱਤੇ ਚੁੱਟ ਛੱਡ ਕੇ ਚਿੰਕਾਰੇ ਇਹ ਦਿਨ ਬਣ ਕੇ ਜਮਰਾਉ ਦੇ ਖੁੱਲੇ ਮੈਦਾਨ ਅੰਦਰ ਆਏ ਨੇ। ਇੱਕ ਪਾਸੇ 50,000 ਇਸਲਾਮ ਦੇ ਮੰਨਣ ਵਾਲੇ ਹਜ਼ਰਤ ਮੁਹੰਮਦ ਸਾਹਿਬ ਦੀ ਉਮਤ ਹੈ, ਇੱਕ ਪਾਸੇ ਕੇਵਲ 1,000 ਗੁਰੂ ਕਾ ਖਾਲਸਾ ਵੀਰ ਬਹਾਦਰ ਚਿੰਕਾਰੇ ਛੱਡਦਾ ਹੋਇਆ ਜੰਗ ਦੇ ਮੈਦਾਨ ਅੰਦਰ ਆਇਆ ਹੈ। ਕਹਿੰਦੇ ਆਹਮੋ ਸਾਹਮਣੇ ਪੈਂਕੜੇ ਬੰਨ ਲਏ ਨੇ, ਦੋਹਾਂ ਧਿਰਾਂ ਦੇ ਯੋਧਿਆਂ ਮਾਨੀਆਂ ਨੇ, ਇੱਕ ਢੇਰ ਸਿੱਖ ਕਿਹੜੇ ਪਠਾਨ, ਇੱਕ ਢੇਰ ਪਤਕਾਰ ਨੂੰ ਛਾਤੀਆਂ ਤਾਲੀਆਂ ਨੇ, ਜਿਵੇਂ ਸੁਣਾ ਤੇ ਪੌਣ ਪਤੰਗ ਝੁਰਮਤ, ਸੱਚ ਦੇ ਮੌਤ ਤੇ ਕਈ ਜਵਾਨੀਆਂ ਨੇ, ਸੀਤਲ ਅੱਜ ਤਲਵਾਰ ਦੀ ਭੇਟ ਹੋਣਾ, ਪੱਲਾ ਵਿੱਚ ਕਈ ਜਿੱਤ ਗਾਨੀਆਂ ਨੇ, ਦੋਵੇਂ ਫੌਜਾਂ ਆਹਮੋ ਸਾਹਮਣੇ ਆਈਆਂ ਨੇ। ਸਰਦਾਰ ਮਾਨ ਸਿੰਘ ਨੇ ਲਾਈ ਘੋੜੇ ਨੂੰ ਵੱਡੀ ਆਇਆ ਮਿਰਜ਼ਾ ਸੰਮੀ ਖਾਂ ਦੇ ਸਾਹਮਣੇ, ਲੰਗਾਰਿਆ ਆਖਿਆ ਮਿਰਜ਼ਾ ਸੰਮੀ ਖਾਂ ਸਾਡੇ ਘਰ ਨੂੰ ਢਾਉਣ ਵਾਸਤੇ ਹਮਲਾਵਰ ਬਣ ਕੇ ਚੜ੍ਹਾਈ ਕਰਕੇ ਆਇਆ ਹੈ, ਸੱਜਣਾ ਤੇਰੇ ਗੋਲੀਆਂ ਰੀਝਾਂ ਦਿਲ ਵਿੱਚ ਨੱਬੀਆਂ ਮਾਰਿਆ ਜਾਣ, ਸਾਡੇ ਉੱਤੇ ਪਹਿਲਾਂ ਵਾਰ ਕਰ ਲੈ, ਕਿਉਂਕਿ ਗੁਰੂ ਨਾਨਕ ਦਾ ਘਰ ਕਦੇ ਤਹਿ ਨਹੀਂ ਕਰਦਾ ਤੇ ਕਿਸੇ ਦਾ ਉਧਾਰ ਕਿਸੇ ਦੀ ਭਾਜੀ ਆਪਣੇ ਸਿਰ ਉੱਤੇ ਉਹਦਾ ਲੰਮਾ ਸਮਾਂ ਰੱਖਦਾ ਵੀ ਨਹੀਂ। ਤਾਂ ਸ਼ਰਮਨ ਕਰੇ ਜੰਗ ਦੇ ਮੈਦਾਨ ਅੰਦਰ ਸਰਦਾਰ ਮਹਾਂ ਸਿੰਘ, ਉਹਨੇ ਮਿੱਠੇ ਤੇ ਪਾਈ ਤੋੜੀ, ਉਹਨੇ ਨੇਤਰ ਕੀਤੇ ਦੇ ਲਾਲ, ਉਹਨੇ ਛੱਡਿਆ ਚੰਕਾਰਾ ਬੜੀ ਬਾਣੀ, ਕਹਿੰਦਾ ਕਿਸੇ ਦਮਾਂਦਾ ਬਾਜੀਏ ਆਪਣੇ ਨਿਸ਼ਾਨੇ ਢਾਓ, ਫਿਰ ਜਦੋਂ ਮਾਂਡੇ ਸੂਰਮਾ ਅਬੂਤਰ ਕੇ ਪਾਏ ਸੂਰਾ ਸੋ ਤਾਂ ਚੱਲ ਗਏ, ਇਹ ਮੇਰਾ ਜੀਵ ਦੇ ਹੋਤ ਹੈ, ਪੁਰਚਾ ਪੁਰਚਾ ਚੱਕ ਮਰੇ ਕਦੀ ਮੈਂ ਸਾਡੇ ਖੇਤ ਨੂੰ ਧਿਆਨ ਦੇ ਮਿਰਜ਼ਾ ਸੰਮੀ ਖਾਂ ਨੂੰ ਆਪਣੇ ਉੱਤੇ ਵਾਰ ਕਰਨਾ ਚਾਹੁੰਦਾ ਆਵੇ।
ਦੇ ਮੈਦਾਨ ਵਿੱਚ ਤੜਕ ਤੜਕ ਤੜ ਤੜ ਤੋਪਾਂ ਕਰਨੀਆਂ, ਭੜਕ ਭੜਕ ਪੈਂਦੇ ਸੂਰਮੇ ਜ਼ਮੀਨ ਉੱਤੇ, ਖੜਕ ਖੜਕ ਤੇਗਾ ਢਾਲਾਂ ਉੱਤੇ ਢਲੀਆਂ, ਚਟਕ ਚਟਕ ਚਟਕਾ ਡਾਂ ਲੈ ਰਹੀਆਂ ਨੇ, ਅਟਕ ਅਟਕ ਜਾਣਾ ਲਾਭਾ ਉੱਤੇ ਖੱਲੀਆਂ, ਫੜਕ ਫੜਕ ਪਰ ਪ੍ਰਾਣ ਪੰਛੀ ਉੱਡ ਚੱਲੇ, ਤੜਕ ਤੜਕ ਸ਼ਾਦੀਆਂ ਨੇ ਫੜ ਚੱਲੀਆਂ। ਦੋ ਦਿਨ ਪੂਰੇ ਜੋਬਰ ਉੱਤੇ ਜੰਗ ਲੱਗੀ ਹੈ, ਤੋਪਾਂ ਦੇ ਗੋਲੇ ਚੱਲੇ, ਗੋਲੀਆਂ ਚੱਲੀਆਂ, ਤੀਰ ਤਲਵਾਰ ਚੱਲੇ, ਮਾਵਾਂ ਦੇ ਲਾਡਲੇ ਮੌਤ ਨੂੰ ਗਲਵੱਕੜੇ ਪਾ ਕੇ ਧਰਤੀ ਤੇ ਲੇਟਦੇ ਜਾਂਦੇ ਰਹੇ। ਆਖਿਰਕਾਰ ਦੂਸਰੇ ਦਿਨ ਦੀਆਂ ਸ਼ਾਮਾਂ ਪਈਆਂ ਨੇ, ਜਮਰੌਲ ਦੇ ਤੇਜ ਠੰਡੀ ਬਾਹੀ ਅੰਦਰ ਪਾੜ ਪੈ ਗਏ, ਕੰਧ ਘੱਟ ਗਈ। ਕਹਿੰਦੇ ਨੇ ਕਿ ਅਮੀਰ ਕਾਬਲ ਦੋਸਤ ਮੁਹੰਮਦ ਖਾਂ ਦਾ ਮੁੰਡਾ ਮੁਹੰਮਦ ਅਫਜ਼ਲ ਖਾਂ ਆਪਣਾ ਫੌਜੀ ਦਸਤਾ ਲੈ ਕੇ ਅੱਗੇ ਵਧਣ ਲੱਗਿਆ। ਪਿੱਛੇ ਮਿਰਜ਼ਾ ਸਮੀ ਖਾਂ ਨੇ ਆਵਾਜ਼ ਮਾਰੀ, ਆਜਾ ਖਾਨ ਸਾਹਿਬ ਕਿੱਥੇ ਚੱਲੇ? ਇਹ ਲੱਗਾ ਮਿਰਜ਼ਾ ਸਮੀ ਖਾਂ ਉਹ ਸਾਹਮਣੇ ਤੱਕ ਕੰਧ ਘੱਟ ਗਈ। ਉਹਦੇ ਅੰਦਰ ਜਾ ਕੇ ਇਹਨਾਂ ਕਾਫਰਾਂ ਦੇ ਕੋਲੇ ਨੂੰ ਹੱਥੋਂ ਹੱਥੀ ਮਾਰ ਕੇ ਇਹ ਸਿਲਸਿਲਾ ਖਤਮ ਕਰ ਦੇਣਾ ਚਾਹੁੰਦਾ ਹਾਂ। ਮਿਰਜ਼ਾ ਸਮੀ ਖਾਂ ਨੇ ਸਮਝਾਇਆ, ਆਖਿਆ ਅਫਜ਼ਲ ਖਾਂ ਅੰਦਰ ਤੋਂ ਗਿਦੜਾਂ ਦਾ ਟੋਲਾ ਨਹੀਂ, ਉੱਥੇ ਦਾ ਸ਼ੇਰਾਂ ਦੀ ਫੌਜ ਹੈ। ਸ਼ੇਰ ਦੇ ਘੁਰਨੇ ਅੰਦਰ ਜਾ ਕੇ ਜੇ ਉਹਨੂੰ ਵੰਗਾਰੇਗਾ, ਯਾਦ ਰੱਖੇ ਜਿੰਦਾ ਵਾਪਸ ਨਹੀਂ ਆਵੇਗਾ। ਇਹ ਤਾਂ ਅਜੇ ਤਿਆਰ ਪਰ ਤਿਆਰ ਜਿੰਦਾ 700-800 ਮੌਜੂਦ ਨੇ, ਜੇ ਤੂੰ ਇਹਨਾਂ ਵਿੱਚੋਂ ਮਰੇ ਹੋਏ ਸਿੰਘ ਦੇ ਸਿਰਹਾਣੇ ਖਲੋ ਕੇ ਉਹਦੀ ਅਣਖ ਹੈ ਉਹਦੀ ਦਰਦ ਨੂੰ ਵੰਗਾਰੇਗਾ, ਇਹ ਮੁਰਦੇ ਵੀ ਉੱਠ ਪੈਂਦੇ ਨੇ। ਉਹਨੇ ਬਾਬਾ ਦੀਪ ਸਿੰਘ ਦਾ ਜ਼ਿਕਰ ਕਰਕੇ ਵੀ ਸਾਹਮਣੇ ਰੱਖਿਆ। ਵਾਪਸ ਆ ਗਿਆ, ਰਾਤ ਪੈ ਗਈ। ਦੋ ਕੰਮ ਬੜੇ ਜ਼ਰੂਰੀ ਜਿਹੜੇ ਸਰਦਾਰ ਮਹਾਂ ਸਿੰਘ ਨੇ ਜਮਰੌਲ ਦੇ ਕਿਲੇ ਅੰਦਰ ਰਾਤੋਂ ਰਾਤ ਕਰਨੇ ਨੇ। ਪਹਿਲਾ ਕੰਮ ਇਹ ਹੈ ਕਿ ਜਿਹੜੀ ਕੰਧ ਘੱਟ ਚੁੱਕੀ ਹੈ ਇਸ ਕੰਧ ਨੂੰ ਦੁਬਾਰਾ ਤਿਆਰ ਕਰਾਉਣਾ ਹੈ। ਉਹ ਨੌਜਵਾਨਾਂ ਦੀ ਡਿਊਟੀ ਲੱਗੀ, ਉਹਨਾਂ ਨੇ ਕੰਧ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਸਰਾ ਇੱਕ ਅਹਿਮ ਤੇ ਜ਼ਰੂਰੀ ਕੰਮ ਇਹ ਹੈ ਕਿ ਪਿਸ਼ਾਵਰ ਦੇ ਕਿਲੇ ਅੰਦਰ ਸਰਦਾਰ ਹਰੀ ਸਿੰਘ ਮਲੀਆ ਪੰਜਾਬ ਦਾ ਕਮਾਂਡਰ ਇਨ ਚੀਫ ਹੈ, ਭਾਵੇਂ ਤਾਪਮਾਨ ਨਿਭਾ ਹੈ ਪਰ ਉਹਨੂੰ ਜਾ ਕੇ ਇਤਲਾਹ ਦੇ ਕੇ ਆਓ ਕਿ ਲਾਹੌਰ ਦਰਬਾਰ ਵੱਲੋਂ ਕੋਈ ਫੌਜ ਨਹੀਂ ਪਹੁੰਚੀ ਗਈ, ਕੋਈ ਮਦਦ ਨਹੀਂ ਆਈ। ਜੇ ਰਾਤੋਂ ਰਾਤ ਇੱਥੇ ਮਦਦ ਨਾ ਭੇਜੀ ਗਈ, ਜਿੰਨਾ ਚਿਰ ਤੱਕ ਸਾਡੇ ਸਰੀਰ ਅੰਦਰ ਸਾਹ ਭਰਾ ਨੇ ਅਸੀਂ ਲੜਦੇ ਹੋਇਆ ਇਸ ਕਿਲੇ ਦੀ ਰਾਖੀ ਕਰਾਂਗੇ, ਲੇਕਿਨ ਸਾਡੇ ਮਨ ਤੋਂ ਬਾਅਦ ਇਹ ਕਿਲਾ ਯਾਰਾਂ ਦਾ ਗੁਲਾਮ ਬਣ ਜਾਵੇਗਾ। ਕੋਈ ਇਕੱਲਾ ਸਿੰਘ ਉੱਠੇ ਜਿਹੜਾ ਚਿੱਠੀ ਲੈ ਕੇ ਪਿਸ਼ਾਵਰ ਦੇ ਕਿਲੇ ਅੰਦਰ ਜਾਵੇ, ਇਹਦੇ ਤੋਂ ਪਹਿਲਾਂ ਕੋਈ ਸਿੰਘ ਉੱਠਦਾ ਇੱਕ ਬੀਬੀ ਉੱਠੀ ਹੈ। ਬੀਬੀ ਉਹਨੇ ਆਖਿਆ, ਜਥੇਦਾਰ ਜੀ ਇੱਥੇ ਇਕੱਲੇ ਇਕੱਲੇ ਸਿੰਘ ਦੀ ਬੜੀ ਭਾਰੀ ਲੋੜ ਹੈ, ਮੇਰੀ ਬੇਨਤੀ ਪ੍ਰਵਾਨ ਕਰੋ, ਇਹ ਚਿੱਠੀ ਮੈਨੂੰ ਦੇ ਦਿਓ, ਮੈਂ ਪਿਸ਼ਾਵਰ ਦੇ ਕਿਲੇ ਅੰਦਰ ਸਰਦਾਰ ਜੀ ਨੂੰ ਜਾ ਕੇ ਖਬਰਦਾਰ ਕਰਕੇ ਆਵਾਂਗੀ। ਫਿਰ ਸਿੰਘਾਂ ਵੱਲੋਂ ਆਵਾਜ਼ ਆਈ, ਜਥੇਦਾਰ ਜੀ ਇਸ ਬੀਬੀ ਨੂੰ ਬਾਹਰ ਜਾਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਕਿਉਂ? ਕਿਉਂਕਿ ਕੌਮ ਦੀਆਂ ਬੱਕੀਆਂ ਕੌਮ ਨਹੀਂ ਜੁੱਟ ਹੁੰਦੀਆਂ ਨੇ, ਬਾਹਰ ਪਾਪੀ ਬੜੀ ਵੱਡੀ ਤਾਦਾਦ ਅੰਦਰ ਆਏ ਨੇ, ਜੇ ਬੀਬੀ ਕਿਲੇ ਤੋਂ ਬਾਹਰ ਚਲੀ ਗਈ ਤਾਂ ਪਤਾ ਨਹੀਂ ਜਾਲਮ ਜੁਰਮਾਨੇ ਇਸ ਬੀਬੀ ਦੇ ਨਾਲ ਕੀ ਚੋਰ ਗੁਜ਼ਾਰਨ। ਬੀਬੀ ਨੇ ਹੱਥ ਜੋੜ ਕੇ ਇੱਕ ਬੇਨਤੀ ਕੀਤੀ, ਆਖਿਆ ਮੇਰੇ ਇੱਕ ਸਵਾਲ ਦਾ ਜਵਾਬ ਮੈਨੂੰ ਦੇ ਦਿਓ, ਜਿਹੜੀ ਖੰਡੇ ਬਾਟੇ ਦੀ ਪਹਿਲ ਤੁਸੀਂ ਹੋਈ ਹੈ ਕਿ ਉਹੀਓ ਪੌਲ ਮੈਨੂੰ ਸ਼ਿਕਾਈ ਗਈ ਹੈ? ਜਵਾਬ ਆਇਆ, ਹਾਂ ਭੈਣੇ ਤੈਨੂੰ ਉਹੀਓ ਸ਼ਿਕਾਈ ਗਈ ਹੈ। ਫਿਰ ਭੈਣ ਨੇ ਬੜੇ ਜਜ਼ਬੇ ਨਾਲ ਆਖਿਆ ਕਿ ਮੇਰੇ ਬਾਜਾਂ ਵਾਲੇ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੇਰੇ ਨਾਲ ਕੋਈ ਵਿਖੇਵਾ ਨਹੀਂ ਕੀਤਾ, ਜੇ ਤੁਹਾਡੇ ਅੰਦਰ ਉਹ ਅੰਮ੍ਰਿਤਪਾਨ ਕਰਕੇ 125,000 ਦੇ ਨਾਲ ਲੜਨ ਦੀ ਤਾਕਤ ਆ ਸਕਦੀ ਹੈ, ਬਾਜਾਂ ਵਾਲੇ ਗੁਰਦੇਵ ਨੇ ਉਹ ਤਾਕਤ ਮੈਨੂੰ ਵੀ ਜ਼ਰੂਰ ਬਖਸ਼ਿਸ਼ ਕੀਤੀ ਹੈ, ਉਹ ਤਾਕਤ ਉਹਨੇ ਮੈਨੂੰ ਵੀ ਦਿੱਤੀ ਹੈ। ਮੈਂ ਪਰਦੇ ਵਿੱਚ ਬੈਠੀ
ਕੋਈ ਅਬਲਾ ਨਾਰੀ ਨਹੀਂ ਕਿ ਕੋਈ ਬਗਿਆੜ ਆਇਆ ਮੇਰੀ ਪੱਤ ਨੂੰ ਉੱਠ ਕੇ ਲੈ ਜਾਵੇਗਾ। ਮੈਂ ਬਾਜਾਂ ਵਾਲੇ ਗੁਰਦੇਵ ਜੀ ਬਹਾਦਰ ਸ਼ੇਰਨੀ ਉੱਤੂ ਹਾਂ, ਜੇ ਕੋਈ ਬਗਿਆੜ ਬਣ ਕੇ ਮੇਰੀ ਪੱਤ ਵੱਲੇ ਮੈਂ ਨਿਗਾਹ ਕਰਕੇ ਤੱਕੇਗਾ, ਕਾਕਰੇ ਕੋਈ ਤਣਾਅ ਨਾਲ ਸ਼ੇਰਨੀ ਬਣ ਕੇ ਉਹਦਾ ਮੁਕਾਬਲਾ ਕਰਾਂਗੀ। ਕਿੱਡਾ ਵਧੀਆ ਜਵਾਬ ਉਸ ਭੈਣ ਨੇ ਦਿੱਤਾ। ਅੱਜ ਦੇ ਜ਼ਮਾਨੇ ਦੇ ਹਾਲਾਤਾਂ ਨੂੰ ਵਾਪਾ ਲੈ ਲਈਏ ਤਾਂ ਮੇਰੀਆਂ ਭੈਣਾਂ ਮੈਨੂੰ ਮਾਫ ਕਰ ਦੇਣਾ, ਕਿਉਂਕਿ ਮੇਰੀ ਇੱਕ ਡਿਊਟੀ ਲੱਗੀ ਹੋਈ ਹੈ। ਮੈਂ ਹਰੇਕ ਸਟੇਜ ਉੱਤੇ ਹੀ ਬੇਨਤੀ ਕਰ ਜਾਂਦਾ ਹਾਂ, ਆਪਣੇ ਹੱਥਾਂ ਦੇ ਨਾਂ ਰੱਖੀਏ। ਇਹਨਾਂ ਨੇ ਇੰਤਜ਼ਾਮ ਨੂੰ ਵਧਾਏ ਨੇ, ਪੁੱਛੀਏ ਕਿ ਭੈਣੇ ਨੂੰ ਕਦੇ ਵਾਸਤੇ ਵਧਾਏ ਨੇ, ਕਿਉਂਕਿ ਮੈਂ ਕਿਸੇ ਭੈਣ ਨੂੰ ਸਵਾਲ ਕੀਤਾ ਸੀ, ਜਵਾਬ ਮੈਨੂੰ ਇਹ ਮਿਲਿਆ ਆਪਣੀ ਸੇਫਟੀ ਵਾਸਤੇ, ਆਤਮ ਰੱਖਿਆ ਵਾਸਤੇ ਅਸੀਂ ਆਪਣੇ ਹੱਥਾਂ ਦੇ ਨਾਂ ਵਧਾਏ ਹੋਏ ਨੇ। ਮੈਂ ਬੇਨਤੀ ਕਰਾਂ ਭੈਣੋ, ਜੇ ਇਹਨਾਂ ਹੱਥਾਂ ਦੇ ਨਹੁੰਾਂ ਨਾਲ ਆਤਮ ਰੱਖਿਆ ਹੋ ਜਾਂਦੀ ਹੁੰਦੀ ਤਾਂ ਬਾਜੇ ਵਾਲੇ ਗੁਰਦੇਵ ਨੂੰ ਕੀ ਲੋੜ ਸੀ ਤੁਹਾਨੂੰ ਬੰਦਿਆਂ ਦੇ ਮੁਕਾਬਲੇ ਉੱਤੇ ਅੰਮ੍ਰਿਤਧਾਰੀ ਬਣਾਉਣ ਦੀ। ਪੁਰਾਤਨ ਇਤਿਹਾਸ ਪੜ੍ਹੋ, ਹਿੰਦੂ ਤਵਾਰ ਇਸ ਨੂੰ ਪੜ੍ਹਿਆ ਜਾਵੇ, ਕੋਈ ਵੀ ਔਰਤ ਜਨੇਊ ਨਹੀਂ ਪਾ ਸਕਦੀ। ਜਨੇਊ ਪਾਉਣ ਦਾ ਅਧਿਕਾਰ ਕੇਵਲ ਤੇ ਕੇਵਲ ਬੰਦਿਆਂ ਨੂੰ ਦਿੱਤਾ ਹੋਇਆ ਹੈ, ਔਰਤ ਜਨੇਊ ਨਹੀਂ ਪਾ ਸਕਦੀ। ਇਸਲਾਮ ਨੂੰ ਪੜ੍ਹਿਆ ਜਾਵੇ, ਪੁਰਾਤਨ ਸਮੇਂ ਅੰਦਰ ਔਰਤ ਮੱਕੇ ਅੰਦਰ ਨਹੀਂ ਸੀ ਜਾ ਸਕਦੀ, ਔਰਤ ਨੂੰ ਕੇਵਲ ਤੇ ਕੇਵਲ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਇਹਦੇ ਨਾਲੋਂ ਵੱਧ ਸਾਡੇ ਸਮਾਜ ਅੰਦਰ ਉਹਨਾਂ ਸਮਿਆਂ ਅੰਦਰ ਔਰਤ ਨੂੰ ਹੋਰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ। ਲੇਕਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸੰਸਾਰ ਉੱਤੇ ਆਏ, ਯਾਦ ਰੱਖੋ ਦੋਵਾਂ ਵਿੱਚ ਕੋਈ ਸਮਾਨਤਾ ਨਹੀਂ। ਜਿਹੜੇ ਕਰਮ ਬੰਦੇ ਨੇ ਕਰਨੇ ਨੇ ਉਹ ਬੰਦੇ ਨੇ ਸੋਧੇ, ਉਹ ਬੰਦੇ ਨੂੰ ਹੀ ਸੋਭਾ ਦਿੰਦੇ ਨੇ, ਉਹ ਕੰਮ ਬੰਦੇ ਨੇ ਹੀ ਕਰਨੇ ਨੇ। ਤੇ ਜਿਹੜੇ ਕੰਮ ਇੱਕ ਔਰਤ ਕਰ ਸਕਦੀ ਹੈ ਉਹ ਕੰਮ ਔਰਤ ਨੇ ਹੀ ਕਰਨੇ ਨੇ, ਬੰਦਾ ਉਹ ਕੰਮ ਨਹੀਂ ਕਰ ਸਕਦਾ। ਕਿਉਂਕਿ ਬਣਾਇਆ ਹੋਇਆ ਪਰਮਾਤਮਾ ਦਾ ਕਾਨੂੰਨ ਹੈ ਨਾ, ਹਰੇਕ ਬੰਦੇ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਹੈ। ਜਿਹੜੇ ਕੰਮ ਬੰਦੇ ਨੇ ਕਰਨੇ ਨੇ ਉਹ ਉਹਦੇ ਹਿੱਸੇ ਆ ਗਏ, ਜਿਹੜੇ ਕੰਮ ਔਰਤ ਨੇ ਕਰਨੇ ਨੇ ਉਹ ਔਰਤ ਦੇ ਜੁੰਮੇ ਆ ਗਏ। ਲੇਕਿਨ ਯਾਦ ਰੱਖੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਦੋਵਾਂ ਦਾ ਸਤਿਕਾਰ ਸੰਸਾਰ ਨੂੰ ਬਰਾਬਰ ਕਰ ਦਿੱਤਾ ਹੈ। ਹਜ਼ੂਰ ਨੇ ਆਖਿਆ ਇਹ ਕਮਲੇ ਲੋਕ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਨੇ, ਉਹਦੀ ਅਕਲ ਉਹਦੇ ਫਿੱਟਿਆਂ ਵਿੱਚ ਦੱਸਦੇ ਨੇ, ਉਹਨੂੰ ਪੜਦੇ ਵਿੱਚ ਰਹਿਣ ਲਈ ਹਦਾਇਤ ਦਿੰਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨਹੀਂ, ਉਸ ਔਰਤ ਨੂੰ ਭੰਨਣਾ ਨਹੀਂ ਚਾਹੀਦਾ ਜਿਸ ਮਹਾਨ ਔਰਤ ਦੇ ਮੁੱਖ ਵਿੱਚੋਂ ਵੱਡੇ ਵੱਡੇ ਜਰਨੈਲ ਵੱਡੇ ਵੱਡੇ ਭਗਤ ਵੱਡੇ ਵੱਡੇ ਸੂਰਮੇ ਜਨਮ ਲੈਂਦੇ ਨੇ। ਸੋ ਜੋ ਮੰਦਾ ਆਖੀ ਹੈ ਜਿਸ ਸਮੇਂ ਰਾਜਾਨ, ਉਸ ਔਰਤ ਨੂੰ ਮਾੜਾ ਖੇਲ ਆਖਿਆ ਜਾਵੇ ਜਿਹੜੀ ਔਰਤ ਵੱਡੇ ਵੱਡੇ ਜਰਨੈਲਾਂ ਵੱਡੇ ਵੱਡੇ ਭਗਤਾਂ ਵੱਡੇ ਵੱਡੇ ਸੂਰਬੀਆਂ ਨੂੰ ਜਨਮ ਦੇਣ ਵਾਲੀ ਜਨਮਦਾਤੀ ਹੈ। ਲੇਕਿਨ ਯਾਦ ਰੱਖੋ ਅੱਜ ਹਾਲਾਤ ਬਦਲਦੇ ਜਾ ਰਹੇ ਨੇ। ਕਾਨੂੰਨ ਹੈ ਨਾ, ਕਾਨੂੰਨ ਬੰਦੇ ਵਾਸਤੇ ਵੀ ਹੁੰਦਾ ਹੈ ਤੇ ਔਰਤ ਵਾਸਤੇ ਵੀ ਹੁੰਦਾ ਹੈ। ਮੁੰਡੇ ਵਾਸਤੇ ਵੀ ਕਾਨੂੰਨ ਬਣਿਆ ਹੋਇਆ ਹੈ ਤਾਂ ਕੁੜੀ ਵਾਸਤੇ ਵੀ ਕਾਨੂੰਨ ਬਣਿਆ ਹੋਇਆ ਹੈ। ਮੈਂ ਬੇਨਤੀ ਕਰਦੇ ਹਾਂ ਜਦੋਂ ਕੋਈ ਮਨੁੱਖ ਕਾਨੂੰਨ ਦੀ ਹੱਦ ਨੂੰ ਪਾਰ ਕਰੇਗਾ, ਯਾਦ ਰੱਖੋ ਉਹਦੀ ਜ਼ਿੰਦਗੀ ਖਤਰੇ ਅੰਦਰ ਆ ਜਾਵੇਗੀ। ਪਰ ਅੱਜ ਮੈਂ ਵੇਖਦਾ ਹਾਂ ਪੜ੍ਹੇ ਲਿਖੇ ਲੋਕ ਕਾਨੂੰਨ ਜ਼ਿਆਦਾ ਤੋੜਦੇ ਨੇ। ਆਪ ਗ੍ਰਹਿ ਵਿੱਚ ਚਲੇ ਜਾਓ, ਉੱਥੇ ਬੱਤੀਆਂ ਲੱਗੀਆਂ ਹੋਈਆਂ ਨੇ, ਉਹਨਾਂ ਬੱਤੀਆਂ ਦਾ ਕੁਝ ਮਨੋਰਥ ਹੈ। ਮਨੋਰਥ ਹੈ ਇੱਕ ਕਾਨੂੰਨ ਬਣਾਇਆ ਹੋਇਆ ਹੈ, ਡੈਡ ਲਾਈਟ ਹੋ ਗਈ ਹੈ, ਆਪਾਂ ਕਲੋਜ ਆਉਣਾ ਹੈ, ਜੈਲੋ ਹੋਈ ਹੈ, ਆਪਾਂ ਤੁਰਨ ਦੀ ਤਿਆਰੀ ਕਰਨੀ ਹੈ, ਉੱਥੇ ਗ੍ਰੀਨ ਸਿਗਨਲ ਆ ਗਿਆ ਹੈ, ਆਪਾਂ ਚੱਲ ਪੈਣਾ ਹੈ। ਜਿਹੜਾ ਬੰਦਾ ਇਹ ਕਾਨੂੰਨ ਫੋਲੋ ਨਹੀਂ ਕਰੇਗਾ, ਯਾਦ ਰੱਖੋ ਰੈਡ ਲਾਈਟ ਅੰਦਰ ਜਦੋਂ ਕੋਈ ਬੰਦਾ ਉਸ ਗ੍ਰਹਿ ਨੂੰ ਪਾਰ ਕਰੇਗਾ ਐਕਸੀਡੈਂਟ ਦੀ ਸੰਭਾਵਨਾ ਵੱਧ ਜਾਵੇਗੀ, ਬੰਦੇ ਦੀ ਜ਼ਿੰਦਗੀ ਖਤਰੇ ਅੰਦਰ ਆ ਜਾਂਦੀ ਹੈ। ਆਪਾਂ ਅੱਜ ਕਾਨੂੰਨ ਤੋੜਦੇ ਹਾਂ ਨਾ, ਇਹ ਸੰਸਾਰ ਦਾ ਬਣਾਇਆ ਹੋਇਆ ਕਾਨੂੰਨ ਹੈ, ਇਸ ਕਾਨੂੰਨ ਪਰਮਾਤਮਾ ਨੇ ਬਣਾਇਆ ਹੈ।
ਉਸ ਕਾਨੂੰਨ ਨੂੰ ਜਦੋਂ ਆਪਾਂ ਤੋੜਾਂਗੇ, ਯਾਦ ਰੱਖੋ ਸਾਡੀ ਇੱਜ਼ਤ ਸਾਡੀ ਜਾਨ ਖਤਰੇ ਅੰਦਰ ਆ ਜਾਵੇਗੀ। ਹਰੇਕ ਬੰਦੇ ਵਾਸਤੇ ਮਰਿਆਦਾ ਬਣੀ ਹੈ, ਮੁੰਡਿਆਂ ਵਾਸਤੇ ਮਰਿਆਦਾ ਹੈ, ਕੁੜੀਆਂ ਵਾਸਤੇ ਮਰਿਆਦਾ ਹੈ, ਪਰ ਮਰਿਆਦਾ ਦਾ ਪਤਾ ਸਾਨੂੰ ਉਦੋਂ ਲੱਗੇਗਾ ਜਦੋਂ ਅਸੀਂ ਗੁਰੂ ਸੰਗਤ ਵਿੱਚ ਆ ਕੇ ਉਸ ਮਰਿਆਦਾ ਦੀ ਪੜਤੋਲ ਕਰਾਂਗੇ, ਉਹਨੂੰ ਪੜ੍ਹ ਕੇ ਵਿਚਾਰਾਂਗੇ। ਅੱਜ ਹਾਲਾਤ ਕੀ ਨੇ ਪੰਜਾਬ ਅੰਦਰ, ਯਾਦ ਰੱਖੋ 1000 ਮੁੰਡੇ ਅੰਦਰ 800 ਕੁੜੀਆਂ ਨੇ, ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ, ਭਰੂਣ ਹੱਤਿਆ ਕੀਤੀ ਜਾ ਰਹੀ ਹੈ। ਆਪਾਂ ਕਿੰਨਾ ਰੌਲਾ ਪਾਉਂਦੇ ਹਾਂ ਕਿ ਕੁੜੀਆਂ ਨੂੰ ਨਾ ਮਾਰੋ, ਇਹਨਾਂ ਦਾ ਸਤਿਕਾਰ, ਇਹਨਾਂ ਨੂੰ ਬਰਾਬਰਤਾ ਦਾ ਦਰਜਾ ਆਪਾਂ ਦੇਣਾ ਹੈ, ਪਰ ਕਿਹੜੇ ਸਮਾਜ ਨੇ ਇਹਨਾਂ ਨੂੰ ਬਰਾਬਰਤਾ ਦਾ ਦਰਜਾ ਦੇਣਾ ਹੈ? ਪਹਿਲਾਂ ਆਪਾਂ ਆਪਣੇ ਨੌਜਵਾਨ ਮੁੰਡਿਆਂ ਦੇ ਕੰਨਾਂ ਅੰਦਰ ਇਹ ਗੱਲ ਪਾਈਏ ਕਿ ਜੇ ਆ ਰੋਟੀਆਂ ਪਕਾ ਰਹੀ ਜਾਂ ਘਰ ਵਿੱਚ ਕਾਰ ਵਿਹਾਰ ਕਰ ਰਹੀ, ਇਹ ਤੇਰੀ ਭੈਣ ਤੈਨੂੰ ਪਿਆਰੀ ਹੈ, ਇਹਦੀ ਇੱਜ਼ਤ ਤੈਨੂੰ ਪਿਆਰੀ ਹੈ। ਇਸ ਕਦੋਂ ਹੀ ਬਾਹਰ ਬਗਾਨੇ ਦੀਆਂ ਧੀਆਂ ਭੈਣਾਂ ਤੁਰੀਆਂ ਜਾਂਦੀਆਂ ਨੇ, ਉਹ ਵੀ ਤੇਰੀਆਂ ਭੈਣਾਂ ਵਰਗੀਆਂ ਨੇ। ਇਹ ਨਾ ਹੋਵੇ ਕਿ ਤੂੰ ਆਪਣੀ ਭੈਣ ਨੂੰ ਭੈਣ ਤੇ ਬਗਾਨੇ ਦੀ ਨਾਲ ਬਾਹਰ ਜੋ ਮਰਜ਼ੀ ਕਰਦਾ ਪਿਆ। ਯਾਦ ਰੱਖੋ ਅਸੀਂ ਆਪਣੇ ਮੁੰਡਿਆਂ ਨੂੰ ਇਹ ਗੱਲਾਂ ਸਿਖਾਈਏ, ਸੰਗਤ ਵਿੱਚ ਆ ਕੇ ਸਾਨੂੰ ਕੀ ਸਿੱਖਣ ਨੂੰ ਮਿਲੇਗਾ? ਏਕਾ ਨਾਰੀ ਗੱਡੀ ਹੋਏ ਪਰ ਨਾਰੀ ਦੀ ਭੈਣ ਵਿਛਾਣੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ। ਯਾਦ ਰੱਖੋ ਜਦੋਂ ਇਹ ਗੱਲ ਆਪਾਂ ਆਪਣੇ ਮੁੰਡਿਆਂ ਆਪਣੇ ਬੱਚਿਆਂ ਦੇ ਕੰਨਾਂ ਵਿੱਚ ਪਾਵਾਂਗੇ, ਆ ਬਲਾਤਕਾਰ ਵਰਗੀਆਂ ਅਣਹੋਣੀਆਂ ਘਟਨਾਵਾਂ ਰੁਕ ਜਾਣਗੀਆਂ। ਬੱਸਾਂ ਅੰਦਰ, ਸਕੂਲਾਂ ਕਾਲਜਾਂ ਅੰਦਰ ਯਾਦ ਰੱਖੋ ਸ਼ੇਰ ਸ਼ਾਰ ਦਾ ਦੌਰ ਵਧਿਆ ਹੋਇਆ ਹੈ। ਮੈਂ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ, ਅੱਜ ਮਾਪੇ ਕਿਉਂ ਡਰਦੇ ਨੇ ਆਪਣੀ ਧੀ ਨੂੰ ਉੱਚੀ ਤਾਲੀਮ ਦੇਣ ਤੋਂ? ਮੈਨੂੰ ਮਾਫ ਕਰ ਦੇਣਾ, ਇੱਕ ਧਰਮੀ ਪਿਤਾ ਇਹ ਗੱਲ ਸੋਚਦਾ ਹੈ ਕਿ ਮੇਰੀ ਲਾਡਾ ਪਾਲੀ ਧੀ ਇਹ ਜਵਾਨ ਹੋਵੇ, ਯਾਦ ਰੱਖੋ ਇਹਦੀ ਮੈਂ ਉੱਚੀ ਵਿਦਿਆ ਦਾ ਪ੍ਰਬੰਧ ਕਰਾਂ। ਮੇਰੀ ਧੀ ਪੜ੍ਹ ਲਿਖ ਕੇ ਉੱਚੇ ਅੰਤਿਮ ਤੇ ਜਾ ਕੇ ਬੈਠੇ, ਫਖਰ ਨਾਲ ਮੇਰਾ ਸਿਰ ਉੱਚਾ ਹੋਵੇ ਕਿ ਫਲਾਣੇ ਬੰਦੇ ਦੀ ਧੀ ਵੇਖੋ ਪੜ੍ਹ ਲਿਖ ਕੇ ਡੀਸੀ ਲੱਗੀ ਹੈ, ਫਲਾਣੇ ਬੰਦੇ ਦੀ ਧੀ ਪੜ੍ਹ ਲਿਖ ਕੇ ਇਸ ਅੰਤਿਮ ਤੇ ਪਹੁੰਚੀ ਹੈ, ਇਹਨੇ ਆਪਣੇ ਪਿਓ ਦਾ ਨਾਮ ਰੋਸ਼ਨ ਕੀਤਾ ਹੋਇਆ ਹੈ। ਯਾਦ ਰੱਖੋ ਇੱਕ ਪਿਓ ਨੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਆਪਣੀ ਧੀ ਦਾ ਉੱਚੀ ਵਿਦਿਆ ਦਾ ਪ੍ਰਬੰਧ ਕਰਦਿਆਂ ਹੋਇਆਂ ਉਹਨੂੰ ਆਪਣੇ ਪਿੰਡੋਂ ਬਾਹਰ ਯੂਨੀਵਰਸਿਟੀ ਕਾਲਜ ਅੰਦਰ ਉਹਦਾ ਦਾਖਲਾ ਕਰਵਾ ਦਿੱਤਾ ਹੈ। ਮਾਪੇ ਅਨਪੜ੍ਹ ਨੇ, ਉਹਨਾਂ ਨੇ ਆਪਣੀ ਧੀ ਦੀ ਉੱਚੀ ਵਿਦਿਆ ਦਾ ਪ੍ਰਬੰਧ ਕਰਦਿਆਂ ਹੋਇਆਂ ਉਹਨੂੰ ਦਾਖਲਾ ਦਿਵਾ ਦਿੱਤਾ ਹੈ। ਹੁਣ ਧੀ ਦੇ ਮੋਢਿਆਂ ਉੱਤੇ ਜ਼ਿੰਮੇਵਾਰੀ ਆ ਪੈਂਦੀ ਹੈ। ਇਹ ਮਤ ਸੋਚੇ ਕਿ ਮੇਰੇ ਮਾਪੇ ਅਨਪੜ੍ਹ ਨੇ, ਇਹ ਨਾ ਹੋਵੇ ਕਿ ਮੈਂ ਮੋਢੇ ਉੱਤੇ ਪਾ ਕੇ ਕਿਤਾਬਾਂ ਵਾਲਾ ਬੈਗ ਬਾਹਰ ਜੋ ਮਰਜ਼ੀ ਕਰਦੇ ਫਿਰਾਂ। ਯਾਦ ਰੱਖੋ ਜਦੋਂ ਘਰ ਦੀ ਦਹਲੀਜ਼ ਨੂੰ ਪਾਰ ਕਰਨਾ ਹੈ ਉਦੋਂ ਧੀ ਦੇ ਮਨ ਉੱਤੇ ਖਿਆਲ ਆਉਣਾ ਚਾਹੀਦਾ ਹੈ, ਮੈਂ ਆਪਣੇ ਮੋਢੇ ਉੱਤੇ ਇਹ ਕਿਤਾਬਾਂ ਵਾਲਾ ਬੈਗ ਨਹੀਂ ਪਾਇਆ, ਮੈਂ ਆਪਣੇ ਘਰੋਂ ਚੱਲੀ ਹਾਂ, ਇਹ ਮੈਂ ਕਿਤਾਬਾਂ ਨੂੰ ਲੈ ਕੇ ਨਹੀਂ, ਇਹ ਮੈਂ ਕਿਤਾਬਾਂ ਦੇ ਨਾਲ ਨਾਲ ਆਪਣੇ ਧਰਮੀ ਪਿਓ ਦੀ ਕੀਤੀ ਪੱਗ ਨੂੰ ਪੱਲੇ ਨਾਲ ਬੰਨ ਕੇ ਚੱਲੀ ਹਾਂ। ਇਹ ਨਾ ਹੋਵੇ ਪੜ੍ਹਾਈ ਦੌਰਾਨ ਰਸਤੇ ਵਿੱਚ ਆਉਂਦਿਆਂ ਜਾਂਦਿਆਂ ਮੇਰੇ ਕੋਲੋਂ ਕੋਈ ਇਹੋ ਜਿਹਾ ਗੁਨਾਹ ਕੋਈ ਇਹੋ ਜਿਹਾ ਪਾਪ ਹੋ ਜਾਵੇ ਜਦੋਂ ਮੇਰੇ ਪਿਤਾ ਨੂੰ ਪੰਚਾਇਤ ਅੰਦਰ ਸਮਾਜ ਅੰਦਰ ਯਾਦ ਰੱਖੋ ਤੌਰ ਚੁਕਾ ਕੇ ਤੁਰਨਾ ਪੈ ਜਾਵੇ। ਇਹ ਧੀ ਦੀ ਜ਼ਿੰਮੇਵਾਰੀ ਬਣਦੀ ਹੈ ਨਾ। ਮੈਂ ਬੇਨਤੀ ਕਰਾਂ ਆਪਣੇ ਭੈਣ ਭਰਾਵਾਂ ਦੇ ਚਰਨਾਂ ਵਿੱਚ, ਮਾਪਿਆਂ ਨਾਲੋਂ ਵੱਧ ਪਿਆਰ ਸੰਸਾਰ ਉੱਤੇ ਕੋਈ ਨਹੀਂ ਕਰ ਸਕਦਾ। ਉਸ ਮਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਤੁਹਾਨੂੰ ਦੁਨੀਆ ਵਿਖਾਉਣ ਵਾਸਤੇ 9 ਮਹੀਨੇ ਆਪਣੇ ਗਰਭ ਅੰਦਰ ਰੱਖਿਆ ਹੈ, ਜਿਸ ਮਾਂ ਨੇ 9 ਮਹੀਨੇ ਮੁਸੀਬਤਾਂ ਦੁੱਖ ਤਕਲੀਫਾਂ ਸਹਾਰਦਿਆਂ ਹੋਇਆਂ ਤੁਹਾਨੂੰ ਜਨਮ